ਸਮਾਣਾ ਤੇ ਪਾਤੜਾ ਬਲਾਕ ਦੇ ਪਿੰਡਾਂ ਵਿੱਚ ਕਣਕ ਦੀ ਫਸਲ ਉੱਤੇ ਸੁੰਡੀ ਦਾ ਹਮਲਾ ਕਿਸਾਨ ਪਰੇਸ਼ਾਨ ਪੰਜਾਬ ਦਾ ਕਿਸਾਨ ਕਿਸੇ ਨਾ ਕਿਸੇ ਪਰੇਸ਼ਾਨੀ ਦਾ ਸਾਹਮਣਾ ਖੇਤਾਂ ਵਿੱਚ ਕਰਦਾ ਹੈ ਸਮਾਣਾ ਤੇ ਪਾਤੜਾ ਬਲਾਕ ਦੇ ਪਿੰਡ ਗੱਜੂ ਮਾਜਰਾ ਪਿੰਡ ਕਰੋੜਾ ਪਿੰਡ ਖੇੜੀ ਮੱਲਾ ਪਿੰਡ ਨਨਹੀੜਾ ਰਾਮਪੁਰ ਹਰਚੰਦਪੁਰ ਬਾਦਸ਼ਾਹਪੁਰ ਆਦ ਪਿੰਡਾਂ ਦੇ ਕਿਸਾਨਾਂ ਦੀ ਕਣਕ ਦੀ ਫਸਲ ਉੱਤੇ ਸੂੰਡੀ ਦਾ ਹਮਲਾ ਹੋ ਗਿਆ ਹੈ ਜਿਸ ਨੂੰ ਗੁੱਲੀ ਡੰਡਾ ਵੀ ਕਹਿੰਦੇ ਹਨ ਕਿਸਾਨਾਂ ਦੀ ਕਣਕ ਦੀ ਫਸਲ ਪ੍ਰਭਾਵਿਤ ਹੋ ਰਹੀ ਹੈ ਅਤੇ ਪੀਲੀ ਪੈ ਰਹੀ ਹੈ ਕਿਸਾਨਾਂ ਵੱਲੋਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਉਤੇ ਲਾਪਰਵਾਹੀ ਦਾ ਦੋਸ਼ ਲਗਾਇਆ ਜਾ ਰਿਹਾ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਅਧਿਕਾਰੀ ਸਿਰਫ ਦਫ਼ਤਰਾਂ ਵਿੱਚ ਬੈਠਦੇ ਹਨ ਅਤੇ ਖੇਤਾਂ ਵਿੱਚ ਆ ਕੇ ਉਨ੍ਹਾਂ ਦੀਆਂ ਮੁਸ਼ਕਲਾਂ ਦੇ ਹੱਲ ਨਹੀਂ ਕਰਦੇ ਜਿਸ ਦਾ ਨਤੀਜਾ ਕਿਸਾਨ ਭੁਗਤ ਰਹੇ ਹਨ ਹਮਾਰੀ ਤਾਂ ਸੁੰਡੀ ਬਹੁਤ ਜ਼ਿਆਦਾ ਪੈ ਰਹੀ ਆ ਜੀ ਸੁੰਡੀ ਦਾ ਹਮਲਾ ਕਾਰਨ ਕਾਰਨ ਤਾਂ ਪਤਾ ਨਹੀਂ ਜੀ ਹੁਣ ਇਹ ਜਾਣ ਲਈ ਆਪਣਾ ਖੇਤੀਬਾੜੀ ਵਾਲੇ ਡਾਕਟਰ ਜਾਣ ਲਈ ਹੂੰ ਜਾਂ ਹੁਣ ਮਾਹਰ ਨੇ ਜਿਹੜੇ ਜੀ ਖੇਤੀਬਾੜੀ ਦੇ ਹਮਲਾ ਕਿੰਨਾ ਹੈ ਹਮਲਾ ਹਮਲਾ ਕਾਫੀ ਆ ਜੀ ਤੁਸੀਂ ਆ ਦੇਖੋਗੇ ਕਿ ਕਿ ਪੱਤੇ ਤੇ ਕਿੰਨੀ ਕਿੰਨੀ ਸੁੰਡੀ ਆ ਜੀ ਕਿੰਨਾ ਨੁਕਸਾਨ ਹੋ ਰਿਹਾ ਨਾ ਫਸਲ ਨੂੰ ਇਹਦਾ ਨੁਕਸਾਨ ਫਸਲ ਨੂੰ ਜੇ ਨਾ ਇਹਦੀ ਗੌਰ ਕਰੀ ਜੇ ਨਾ ਸਪਰੇ ਹਾਂ ਹੋਈਆਂ ਜੀ ਨਾ ਇਹਦਾ ਕੋਈ ਮਾਰ ਹੋਈ ਬਹੁਤ ਜ਼ਿਆਦਾ ਹਮਲਾ ਹੁਣ ਆ ਜੀ ਘੱਟੋ ਘੱਟ ਇਹਨੇ ਉਹਦੀ ਜਿਹੜੀ ਬੱਲੀ ਆ ਜੀ ਉਹ ਕੱਟ ਦੇਣੀਆਂ ਵਿੱਚ ਜਾ ਕੇ ਜੀ ਤੇ ਬੱਲੀ 'ਚ ਦਾਣਾ ਹੀ ਨਹੀਂ ਪੈਣਾ ਜੀ ਉਸ ਤੋਂ ਬਾਅਦ ਫਿਰ ਰਹਿ ਗਈ ਗਿਆ ਜੀ ਪਿਛੇ ਕਣਕ ਛਾੜ ਕੱਟ ਕੱਟ ਕਿੱਲੇ 'ਚ ਮੇਰੇ ਖਾਲੇ 'ਚ 2-3 ਕੁਇੰਟਲ ਤਾਂ ਜਾਣਗੇ ਜਾਣਗੇ ਜੀ ਕਣਕ ਦੀ ਫਸਲ ਹੈ ਜੀ ਗਿਉਂ ਦੀ ਤੇ ਕਿਸਾਨ ਸਰਦਾਰ ਹਿੰਮਤ ਸਿੰਘ ਦਾ ਖੇਤ ਹੈ ਇਹ ਜਿਹੜਾ ਇਹ ਸਰਕਾਰ ਨੇ ਬਹੁਤ بڑے بڑے ਵਾਅਦੇ ਕਰਦੀ ਹੈ ਵੀ ਸਾਡੇ ਨਾਲ ਧੋਖਾ ਵੀ ਕਰਦੀ ਹੈ ਉਹਨੇ ਧੋਖੇ ਵਾਲੀ ਉਹ ਗੱਲ ਹੈ ਕਿਉਂਕਿ ਸਾਨੂੰ ਕਹਿੰਦੀ ਹੈ ਵੀ ਕਣਕ ਜਿਹੜੀ ਆ ਪ੍ਰਾਲੀ ਦੇ ਵਿੱਚ ਬੀਜੋ ਇਹ ਅਸੀਂ ਦੂਏ ਲੋਟ ਅੱਗ ਲਾ ਕੇ ਬੀਜਦੇ ਆ ਤਾਂ ਸਾਡੇ ਤੇ ਕੇਸ ਬਣਾਏ ਜਾਂਦੇ ਨੇ ਸਾਨੂੰ ਜੇਲ੍ਹਾਂ ਚ ਸੋਡਿਆ ਜਾਂਦਾ ਹੈ ਪਰ ਅੱਜ ਸਾਡੀ ਫਸਲ ਦਾ ਨਾਸ ਹੋ ਰਿਹਾ ਇਹਨੂੰ ਸੁੰਡੀ ਲੱਗ ਚੁੱਕੀ ਹੈ ਜੋ ਕਿ ਅਸੀਂ ਸਰਕਾਰ ਦੇ ਆਖੇ ਲੱਗ ਕੇ ਇੱਕ ਵਾਰੀ ਡਰ ਕੇ ਅਸੀਂ ਕਣਕ ਤਾਂ ਬੀਜ ਚੁੱਕੇ ਆ ਪਰ ਇਹਦਾ ਨੁਕਸਾਨ ਸਾਡਾ ਬਹੁਤ ਹੋ ਰਿਹਾ ਨਾ ਤਾਂ ਸਰਕਾਰ ਸਾਡੀ ਸੁਣ ਰਹੀ ਹੈ ਇਹਦਾ 30 ਏਕੜ ਆਪਣੇ 6 ਕਿਲੇ ਜ਼ਮੀਨ ਦੇ ਨੇ ਜੀ ਕਿਹੜੇ ਕਿਹੜੇ ਪਿੰਡਾਂ ਤੇ ਲੱਗੀ ਹੈ ਇਹ ਸਾਡੇ ਤਕਰੀਬਨ ਜੀ ਅੱਧੇ ਪਿੰਡ ਦੇ ਵਿੱਚ ਸੁੰਡੀ ਵਾਂਗੂ ਹੋਊਗਾ ਜੀ ਕਿਉਂਕਿ ਇਹਨਾਂ ਨੇ ਕਣਕ ਬਹੁਤ ਜ਼ਿਆਦਾ اگਤੀ ਲੋਕਾਂ ਨੇ ਇਹਦੇ ਵਿੱਚ ਬੀਜੀ ਹੈ ਜਿਹੜੀ ਇਹ ਸੁੰਡੀ ਪੈ ਚੁੱਕੀ ਹੈ ਹੁਣ ਇਹਦਾ ਕੋਈ ਰੋਕཐाम ਨਹੀਂ ਇਹਦਾ ਬਹੁਤ ਜ਼ਿਆਦਾ ਝਾੜ ਤੇ ਅਸਰ ਪੈਣਾ ਜੀ ਘਟੋ ਘਟ ਵੀ ਡੇਢ ਕੁਇੰਟਲ ਕਿਲੇ ਬੀਗੇ ਦਾ ਘਟੂਏ ਘਟੂਆ ਜੀ ਜਦ ਕਿ ਪਟਿਆਲਾ ਜ਼ਿਲ੍ਹੇ ਦੇ ਖੇਤੀਬਾੜੀ ਅਧਿਕਾਰੀ ਅਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਹਾਲ ਦੀ ਘੜੀ ਫਸਲ ਉਤੇ ਦਵਾਈ ਦਾ ਛਿੜਕਾਅ ਕਰਨ ਦਾ ਕੋਈ ਫਾਇਦਾ ਨਹੀਂ ਹੈ ਸਮਾਣਾ ਤੋਂ ਅਜੀਤ ਵੈਬ ਟੀਵੀ ਲਈ ਪਰਸ਼ੋਤਮ ਕੋਸ਼ਿਕ ਦੀ ਰਿਪੋਰਟ ਸਰਪਸਾਨਾ ਦੀ ਸ਼ਿਕਾਇਤ ਹੈ ਵੀ ਜਿਹੜੀ ਹੈਪੀ ਸਾਈਟ ਤੇ ਕਨੇਕਟ ਬਿਜੀ ਸੀ ਉਹਦੇ ਦਿਨ ਤੋਂ ਮਤਲਬ ਉਤਰੀ ਰੀਪਲ ਖਤਮ ਹੋ ਗਈ ਹੈ ਔਰ ਸੁੰਡੀ ਦਾ ਹਮਲਾ ਦੱਸਿਆ ਜਾ ਰਿਹਾ ਹੈ ਆਪੇ ਵੱਲੋਂ ਮਹਿਕਮੇ ਵੱਲੋਂ ਕੀ ਕਾਰਵਾਈ ਹੈ ਸਾਰੀ ਗੱਲ ਵਿੱਚ ਇਹ ਹੈ ਵੀ ਖੇੜੀ ਮੱਲਾਂ ਦਾ ਹੀ ਇਕੱਲੀ ਸਾਡੇ ਕੋਲ ਰਿਪੋਰਟ ਆਈ ਹੈ ਹੋਰ ਕਿਸੇ ਵੱਲੋਂ ਅਜੇ ਆਈ ਨਹੀਂ ਹੈਗੀ ਤੇ ਖੇੜੀ ਮੱਲਾਂ ਵੀ ਜਿਹੜੀ ਹਾਲ ਦੀ ਘੜੀ ਜਿਹੜੀ ਉਹਦੇ ਅਸਰ ਹੋਇਆ ਉਹ ਹੁਣ ਯੂਨੀਵਰਸਿਟੀ ਦੀ ਟੀਮ ਆਈ ਸੀ ਉਹ ਆਪਣੇ ਉਹਨਾਂ ਨੇ ਕਿਹਾ ਵੀ ਜਨ ਫਰਵਰੀ ਮਹੀਨੇ ਦੇ ਵਿੱਚ ਉਹਦੇ ਉੱਤੇ ਆਪਾਂ ਸਪਰੇਅ ਕਰ ਸਕਦੇ ਆਂ ਉਦੋਂ ਸਪਰੇਅ ਕਰਾਵਾਂਗੇ ਹਾਲਦੀ ਕੜੀ ਉਹਦੇ ਸਪਰੇਅ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਉਦੋਂ ਜੋ ਦੱਸਣਗੇ ਉਹ ਤੋਂ ਬਾਅਦ ਲਗਾ ਬਸ ਹੀ ਸਪਰੇਅ ਕਰਾ ਦਾਂਗੇ ਜਿਹੜੀ ਮਿਲਣਾ ਆਪ ਗਏ ਸੀ ਕਿ ਯੂਨੀਵਰਸਿਟੀ ਤੋਂ ਆਏ ਸੀ ਜੀ ਅਸੀਂ ਵੀ ਜਾ ਕੇ ਆਏ ਆ ਯੂਨੀਵਰਸਿਟੀ ਵਾਲੇ ਵੀ ਆਏ ਆ ਬਸ ਉੱਤੇ ਹੈ ਸੁੰਡੀ ਦਾ ਹਮਲਾ ਸੁੰਡੀ ਦਾ ਹਮਲਾ ਹੈਗਾ ਪਰ ਹਾਲਦੀ ਕੜੀ ਮਤਲਬ ਸੁੰਡੀਆਂ ਜਿਹੜੀ ਉਹ ਸੁਸਤ ਪਈ ਹੋਈ ਹੈ ਉਹ ਉਹਦਾ ਕੋਈ ਉਹ ਨਹੀਂ ਹੋ ਰਿਹਾ ਤੇ ਬਾਕੀ ਕਿਸਾਨਾਂ ਨੂੰ ਕੀ ਸਲਾਹ ਦਿੰਦੇ ਹੋ ਬਾਈਟੈਂਸ ਦੇ ਹਮਲੇ ਹੋ ਰਹੇ ਐ ਤਾਂ ਉਹ ਨੂੰ ਕੀ ਸਲਾਹ ਆਪ ਨੂੰ ਉਹਨਾਂ ਦੀ ਇਹੀ ਸਲਾਹ ਸਾਨੂੰ ਵੀ ਸਾਨੂੰ ਜੂੜ ਦੱਸਣ ਹੌਣ ਸਾਡੇ ਕੋਲ ਤੇ ਜੇ ਅਸੀਂ ਖੇਤ ਦੇਖਣ ਤੋਂ ਬਾਅਦ ਹੀ ਉਹਨਾਂ ਨੂੰ ਕੋਈ ਦੱਸ ਸਕਦੇ ਹਾਂ